1988 ਦੇ ਇੱਕ ਚਰਚਿਤ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਅੱਜ ਸੁਪਰੀਮ ਕੋਰਟ ਦੇ ਵੱਲੋਂ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੇ ਵਿੱਚ ਇੰਡੀਆ ਦੇ ਐਡੀਸ਼ਨਲ ਸੋਲੀਸਿਟਰ ਜਨਰਲ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੋਈ ਕੇਸ ਜਿਹੜਾ ਸੀ ਪਟਿਆਲੇ ਤੋਂ ਸ਼ੁਰੂ ਹੋਇਆ ਸੀ। ਇਲਜ਼ਾਮ ਇਹ ਸੀ ਕਿ ਕਾਰ ਪਾਰਕ ਕਰਨ ਵੇਲੇ ਕਿਸੇ ਨਾਲ ਝਗੜਾ ਹੋ ਗਿਆ ਸੀ ਔਰ ਇਹਨਾਂ ਦੇ ਇਲਜ਼ਾਮ ਸੀ ਕਿ ਇਹਨਾਂ ਨੇ ਉਹਨਾਂ ਨੂੰ ਮੁੱਕੇ ਵਗੈਰਾ ਮਾਰੇ ਜਿਸ ਕਾਰਨ ਉਸ ਬੰਦੇ ਦੀ ਮੌਤ ਹੋ ਗਈ ਸੀ। ਇਹ ਕੇਸ ਚੱਲਦੇ ਚੱਲਦੇ ਹਾਈਕੋਰਟ 'ਚ ਆਇਆ। ਹਾਈਕੋਰਟ ਨੇ ਉਹਨਾਂ ਨੂੰ 3 ਸਾਲ ਦੀ ਸਜ਼ਾ ਦਿੱਤੀ। ਫਿਰ ਸੁਪਰੀਮ ਕੋਰਟ 'ਚ ਗਏ, ਸੁਪਰੀਮ ਕੋਰਟ ਨੇ ਸਟੇਅ ਕੀਤਾ ਅਪੀਲ ਅਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਉਹਨਾਂ ਨੂੰ ਕੁਝ ਜੁਰਮਾਨਾ ਵਗੈਰਾ ਲਗਾ ਕੇ ਬਰੀ ਕਰਤਾ ਸੀ। ਫਿਰ ਪੀੜਿਤ ਪਰਿਵਾਰ ਨੇ ਦੁਬਾਰਾ ਪਟੀਸ਼ਨ ਫਾਈਲ ਕੀਤੀ ਔਰ ਪੀੜਿਤ ਪਰਿਵਾਰ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਜਿਸ ਦੇ ਵਿੱਚ ਉਹਨਾਂ ਨੂੰ 1 ਸਾਲ ਦੀ ਸਜ਼ਾ ਦਿੱਤੀ ਹੈ। ਸਰ, ਕਿਉਂਕਿ ਸਜ਼ਾ 2 ਸਾਲ ਤੋਂ ਘੱਟ ਹੈ ਇਸ ਕਰਕੇ ਉਹਨਾਂ ਦੀ ਚੋਣ ਲੜਨ 'ਤੇ ਪਾਬੰਦੀ ਨਹੀਂ ਲੱਗਦੀ, ਲੇਕਿਨ ਕਿਉਂਕਿ ਸੁਪਰੀਮ ਕੋਰਟ ਦਾ ਫਾਈਨਲ ਅਥਾਰਟੀ ਹੈ, ਸੁਪਰੀਮ ਕੋਰਟ ਉਹਨਾਂ ਦਾ ਫੈਸਲਾ ਹੈ, ਤਾਂ ਲੱਗਦਾ ਹੈ ਕਿ ਉਹਨਾਂ ਨੂੰ ਜੇਲ੍ਹ ਜਾਣਾ ਹੀ ਪਏਗਾ। ਜੀ ਸਰ, ਇਸ ਤੋਂ ਕੋਈ ਬਚਾਅ ਦੇ ਵੀ ਉਪਾਅ ਹੈਗੇ ਨੇ ਕਿ ਉਹ ਜੇਲ੍ਹ ਜਾਣ ਤੋਂ ਬਚ ਸਕਦੇ ਨੇ? ਮੇਰੇ ਮੁਤਾਬਕ ਸੁਪਰੀਮ ਕੋਰਟ ਦਾ ਜੋ ਵੀ ਆਰਡਰ ਹੈ ਉਹ ਫਾਈਨਲ ਆਰਡਰ ਹੈ। ਆਰਡਰ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ ਨੇ ਖੁਦ ਜੇਲ੍ਹ ਜਾਣਾ ਹੈ, ਉਸ ਟਾਈਮ ਦੇ ਸਰੈਂਡਰ ਕਰਨ ਦਾ ਦਿੱਤਾ ਹੈ ਜਾਂ ਪੁਲਿਸ ਉਹਨਾਂ ਨੂੰ ਕਸਟਡੀ 'ਚ ਲਏਗੀ। ਇਹ ਫਾਈਨਲ ਆਰਡਰ ਆਉਣ ਤੋਂ ਬਾਅਦ ਪਤਾ ਲੱਗੇਗਾ। 1988 ਦੇ ਇੱਕ ਚਰਚਿਤ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਅੱਜ ਸੁਪਰੀਮ ਕੋਰਟ ਦੇ ਵੱਲੋਂ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੇ ਵਿੱਚ ਇੰਡੀਆ ਦੇ ਐਡੀਸ਼ਨਲ ਸੋਲੀਸਿਟਰ ਜਨਰਲ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੋਈ ਕੇਸ ਜਿਹੜਾ ਸੀ ਪਟਿਆਲੇ ਤੋਂ ਸ਼ੁਰੂ ਹੋਇਆ ਸੀ। ਇਲਜ਼ਾਮ ਇਹ ਸੀ ਕਿ ਕਾਰ ਪਾਰਕ ਕਰਨ ਵੇਲੇ ਕਿਸੇ ਨਾਲ ਝਗੜਾ ਹੋ ਗਿਆ ਸੀ ਔਰ ਇਹਨਾਂ ਦੇ ਇਲਜ਼ਾਮ ਸੀ ਕਿ ਇਹਨਾਂ ਨੇ ਉਹਨਾਂ ਨੂੰ ਮੁੱਕੇ ਵਗੈਰਾ ਮਾਰੇ ਜਿਸ ਕਾਰਨ ਉਸ ਬੰਦੇ ਦੀ ਮੌਤ ਹੋ ਗਈ ਸੀ। ਇਹ ਕੇਸ ਚੱਲਦੇ ਚੱਲਦੇ ਹਾਈਕੋਰਟ 'ਚ ਆਇਆ। ਹਾਈਕੋਰਟ ਨੇ ਉਹਨਾਂ ਨੂੰ 3 ਸਾਲ ਦੀ ਸਜ਼ਾ ਦਿੱਤੀ। ਫਿਰ ਸੁਪਰੀਮ ਕੋਰਟ 'ਚ ਗਏ, ਸੁਪਰੀਮ ਕੋਰਟ ਨੇ ਸਟੇਅ ਕੀਤਾ ਅਪੀਲ ਅਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਉਹਨਾਂ ਨੂੰ ਕੁਝ ਜੁਰਮਾਨਾ ਵਗੈਰਾ ਲਗਾ ਕੇ ਬਰੀ ਕਰਤਾ ਸੀ। ਫਿਰ ਪੀੜਿਤ ਪਰਿਵਾਰ ਨੇ ਦੁਬਾਰਾ ਪਟੀਸ਼ਨ ਫਾਈਲ ਕੀਤੀ ਔਰ ਪੀੜਿਤ ਪਰਿਵਾਰ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਜਿਸ ਦੇ ਵਿੱਚ ਉਹਨਾਂ ਨੂੰ 1 ਸਾਲ ਦੀ ਸਜ਼ਾ ਦਿੱਤੀ ਹੈ। ਸਰ, ਕਿਉਂਕਿ ਸਜ਼ਾ 2 ਸਾਲ ਤੋਂ ਘੱਟ ਹੈ ਇਸ ਕਰਕੇ ਉਹਨਾਂ ਦੀ ਚੋਣ ਲੜਨ 'ਤੇ ਪਾਬੰਦੀ ਨਹੀਂ ਲੱਗਦੀ, ਲੇਕਿਨ ਕਿਉਂਕਿ ਸੁਪਰੀਮ ਕੋਰਟ ਦਾ ਫਾਈਨਲ ਅਥਾਰਟੀ ਹੈ, ਸੁਪਰੀਮ ਕੋਰਟ ਉਹਨਾਂ ਦਾ ਫੈਸਲਾ ਹੈ, ਤਾਂ ਲੱਗਦਾ ਹੈ ਕਿ ਉਹਨਾਂ ਨੂੰ ਜੇਲ੍ਹ ਜਾਣਾ ਹੀ ਪਏਗਾ। ਜੀ ਸਰ, ਇਸ ਤੋਂ ਕੋਈ ਬਚਾਅ ਦੇ ਵੀ ਉਪਾਅ ਹੈਗੇ ਨੇ ਕਿ ਉਹ ਜੇਲ੍ਹ ਜਾਣ ਤੋਂ ਬਚ ਸਕਦੇ ਨੇ? ਮੇਰੇ ਮੁਤਾਬਕ ਸੁਪਰੀਮ ਕੋਰਟ ਦਾ ਜੋ ਵੀ ਆਰਡਰ ਹੈ ਉਹ ਫਾਈਨਲ ਆਰਡਰ ਹੈ। ਆਰਡਰ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ ਨੇ ਖੁਦ ਜੇਲ੍ਹ ਜਾਣਾ ਹੈ, ਉਸ ਟਾਈਮ ਦੇ ਸਰੈਂਡਰ ਕਰਨ ਦਾ ਦਿੱਤਾ ਹੈ ਜਾਂ ਪੁਲਿਸ ਉਹਨਾਂ ਨੂੰ ਕਸਟਡੀ 'ਚ ਲਏਗੀ। ਇਹ ਫਾਈਨਲ ਆਰਡਰ ਆਉਣ ਤੋਂ ਬਾਅਦ ਪਤਾ ਲੱਗੇਗਾ। ਭਾਰਤ ਦੇ ਨੰਬਰ 1 ਤੰਤਰਿਕ ਗੁਰੂ ਸ਼ਾਨ ਜੀ ਬੰਗਾਲੀ ਗੋਲਡ ਮੈਡਲਿਸਟ, ਚੌਂਟ ਸ਼ਕਤੀਆਂ ਦੇ ਮਾਹਿਰ ਬੰਗਾਲ ਤੋਂ ਸਿੱਧੀ ਪ੍ਰਾਪਤ। ਹਰ ਜਗ੍ਹਾ ਤੋਂ ਨਿਰਾਸ਼ ਤੇ ਮਾਯੂਸ ਹੋਏ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ। ਹਰ ਸਮੱਸਿਆ ਦਾ ਹੱਲ ਘਰ ਬੈਠੇ ਫੋਨ ਤੇ। ਮਾਈ ਪ੍ਰੋਮਿਸ 100% ਰਿਜ਼ਲਟ। ਲਵ ਮੈਰਿਜ, ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਚ ਕਲੇਸ਼, ਕੀਤਾ ਕਰਾਇਆ, ਵਿਦੇਸ਼ ਯਾਤਰਾ, ਨੌਕਰੀ, ਕਾਰੋਬਾਰ ਵਿੱਚ ਪਰੇਸ਼ਾਨੀ, ਕੋਰਟ ਕੇਸ, ਰੁੱਸੇ ਨੂੰ ਮਨਾਉਣਾ ਹੋਵੇ ਤਾਂ ਫੋਨ ਕਰੋ। 101% ਸਮਾਧਾਨ ਪਾਓ। ਮਹਾਵਸ਼ੀਕਰਨ ਤੇ ਮਹਾਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਗੁਰੂ ਸ਼ਾਨ ਜੀ ਬੰਗਾਲੀ। ਮੋਬਾਈਲ 99586 35478।